ਆਬੀ ਰੇਡੀਓ ਯੂਐਸਏ ਤੋਂ ਰਹੇ ਸਾਰੇ ਹਿਮਾਂ ਜੋਗ ਅਤੇ ਸਤਕਾਰ ਸੋਤਿਆਂ ਨੂੰ ਪਿਆਰ ਸਤਕਾਰ ਸਹਿਤ ਨਿੱਗੀ ਜਹੀ ਸਤ ਸ੍ਰੀ ਅਕਾਲ ਮੈਂ ਰਾਜਕਨਵੀਰ ਸਿੰਘ ਫਰੇਜ਼ਨ ਸਟੂਡੀਓ ਤੋਂ ਤੇ ਮੇਰੇ ਨਾਲ ਅੱਜ ਦੇ ਸ਼ਾਮ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜੁੜ ਚੁਕੇ ਨੇ ਹਰਜੋਤ ਸਿੰਘ ਖਾਲਸਾ ਜੀ ਜੀ ਆਇਆਂ ਨੂੰ ਸਵਾਗਤ ਹੈ ਸਤ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਐਨ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸੁਣੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਹੀਂ ਟੈਲੀਫੋਨ ਦੇ ਰਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਐਨ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ শ্রোਤਿਓ ਅੱਜ ਤੁਹਾਡੇ ਲਈ ਮਾਰਚ ਦਿਨ ਦਾ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਆ ਬੁੱਧਵਾਰ ਦਾ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ ਅਸਮੋਕ ਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਜਿਹੜੀਆਂ ਅਜੇ ਵੀ ਤੁਸੀਂ ਜਿਹੜੀਆਂ ਆ ਉਹ ਐਪਲੀਕੇਸ਼ਨਸ ਭਰਵਾ ਸਕਦੇ ਹੋ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ ਉਸਤੇ ਬਾਰੇ ਇਹਨਾਂ ਨੂੰ ਜਾਣਕਾਰੀ ਲਈ ਕਾਲ ਕਰੋ 4082722500 ਨਾਲ ਹੀ ਅਮਰਜੀਤ ਸਿੰਘ ਫਰੇਜ਼ਨ ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਰਾਜਪਾਲ ਸਿੰਘ ਕੁਲਵੰਤ ਸਿੰਘ ਲੈਚਰ ਬੇਕਰਸਫੀਲਡ ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਮਰਜੀਤ ਸਿੰਘ ਜਸਵਿੰਦਰ ਕੌਰ ਵੇਰ ਕੇ ਹਿਊਸਟਨ ਟੈਕਸਸ ਸੰਧੂ ਪਰਵਾਰ ਫਰੀਮਾਰਟ ਪ੍ਰੇਤਪਾਲ ਸਿੰਘ ਹਟਵਾਲ ਐਲਗਰੋਵ ਦਰਸ਼ਨ ਸਿੰਘ ਕਾਂਗ ਯੂਨੀਵਰਸਿਟੀ ਰਣਜੀਤ ਸਿੰਘ ਫਰੇਜ਼ਨੋ ਜੈਂਡਰ ਮਾਰਗੇਜ ਅਤੇ ਰੀਅਲ اسٹیਟ ਵਾਲੇ ਜਿਨ੍ਹਾਂ ਦੇ ਕੋਲ ਤੁਸੀਂ ਘਰ ਦੇ ਖਰੀਦਣ ਅਤੇ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ ਇਸ ਦੇ ਨਾਲ ਨਾਲ ਘਰਾਂ ਦੇ ਲੋਨਸ ਐਗਰੀਕਲਚਰ ਲੋਨ ਕਮਰਸ਼ੀਅਲ ਲੋਨ ਦੇ ਲਈ ਯਾਦ ਰੱਖੋ ਮੋਹਨ ਜੀਮਾ ਹੁਣਾਂ ਨੂੰ ਕਾਲ ਕਰੋ 5599052575 558 905 25 75 ਦੇ ਉੱਤੇ ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਵੱਲ ਜੀ ਚਲਿਏ ਐਫਬੀਆਈ ਤੇ ਹੋਮਲੈਂਡ ਸਕਿਉਰਿਟੀ ਦੋਨਾਂ ਨੇ ਜਿਹੜੀ ਆ ਵਾਰਨਿੰਗ ਇੱਕ ਤਰ੍ਹਾਂ ਨਾਲ ਦਿੱਤੀ ਹੈਗੀ ਆ ਕਹਿੰਦੇ ਵੀ ਯੂਐਸ ਕੈਪੀਟਲ ਨੂੰ ਥ੍ਰੈਟ ਹੈਗੀ ਆ ਮਾਰਚ 4 ਨੂੰ ਵੀਰਵਾਰ ਨੂੰ ਅ ਪੀ ਜਿਹੜੇ ਆ ਜਿਸ ਤਰ੍ਹਾਂ ਐਕਸਟਰੀਮਿਸਟ ਨੇ ਪਹਿਲਾਂ ਜਨਵਰੀ 6 ਨੂੰ ਅਟੈਕ ਕੀਤਾ ਸੀ ਇੱਕ ਵਾਰੀ ਫੇਰ ਕਰ ਸਕਦੇ ਆ ਉਹਨੂੰ ਦੇਖਦੇ ਹੋਏ ਜਿਹੜਾ ਸੈਸ਼ਨ ਹੈਗਾ ਆ ਉਹ ਉਹ ਕਾਂਗਰਸ ਦਾ ਉਹ ਜਿਹੜਾ ਕੱਲ੍ਹ ਵਾਲੇ ਦਿਨ ਵੀਰਵਾਰ ਨੂੰ ਉੱਥੋਂ ਬੰਦ ਕਰ ਦਿੱਤਾ ਗਿਆ ਹੈਗਾ ਜੀ ਬਿਲਕੁਲ ਇਹ ਆਈ ਥਿੰਕ ਹਰਜੋਤ ਸਿੰਘ ਜੀ ਕਾਫੀ ਚਿੰਤਾਜਨਕ ਜਿਹੜੀ ਆ ਉਹ ਗੱਲ ਹੈਗੀ ਆ ਅਧਿਕਾਰੀਆਂ ਨੇ ਕਿਹਾ ਵੀ ਕ੍ਰੈਡੀਬਲ ਥ੍ਰੈਟ ਆਫ ਵਾਇਲੈਂਸ ਯਾਨੀ ਕਿ ਵਾਕਿਆ ਹੀ ਜਿਹੜਾ ਇਹ ਹਿੰਸਾ ਹੋਣ ਦਾ ਖਤਰਾ ਜਿਹੜਾ ਆ ਉਹ ਵੱਡਾ ਹੈਗਾ ਆ ਜਿਸ ਦੇ ਵਿੱਚ ਰਾਈਟ ਵਿੰਗ ਵਾਲੇ ਜਿਹੜੇ ਅਤਵਾਦੀ ਆ ਜਿੱਦਾਂ ਉਹਨਾਂ ਨੇ 6 ਜਨਵਰੀ ਨੂੰ ਹਮਲਾ ਕੀਤਾ ਸੀਗਾ ਇਸ ਤਰੀਕੇ ਦੇ ਨਾਲ ਇਹ ਕਰ ਸਕਦੇ ਆ ਇਹ ਕਯੂਐਨਐਨ ਦੇ ਉੱਤੇ ਇਸ ਨੂੰ ਟ੍ਰੂ ਇਨਾਗੂਰੇਸ਼ਨ ਦੇ ਅਸਲ ਦਾ ਜਿਹੜੀ ਸੌ ਚੁੱਕ ਵਾਲਾ ਜਿਹੜਾ ਦੇਣਾ ਉਹ ਮੰਨਿਆ ਜਾ ਰਿਹਾ ਤੇ ਉਹ ਉਥੇ ਇਹ ਜਿਹੜੀਆਂ ਗਲਤ ਅਫਵਾਹਾਂ ਜਿਹੜੀਆਂ ਫਲਾਈਆਂ ਗਈਆਂ ਲੋਕਾਂ ਨੂੰ ਇਸ ਚੀਜ਼ ਦੇ ਤਹਿਤ ਇੱਕ ਸਾਜ਼ ਦੇ ਨਾਲ ਪੜਖਾਇਆ ਗਿਆ ਆ ਵੀ ਡੋਨਲਡ ਟਰੰਪ ਨੇ ਕੱਲ ਨੂੰ ਹੀ ਜਿਹੜਾ ਸੈਕਿੰਡ ਟਰਮ ਦੇ ਲਈ ਸੌ ਜਿਹੜੀ ਆ ਉਹ ਚੱਕ ਲੈਣੀ ਆ ਜਾਂ ਤਾਂ ਇਹ ਜਿਹੜੇ ਥੋੜੀ ਜੀ ਥੋੜੇ ਜਾਣੇ ਜਿਹੜੇ ਸੋਚ ਇਸ ਟਾਈਮ ਰੱਖੀ ਬੈਠੇ ਆ ਉਹ ਇੱਕ ਵੱਖਰੀ ਦੁਨੀਆ ਚ ਆ ਤੇ ਜਾਂ ਬਾਕੀ ਸਾਰੀ ਦੁਨੀਆ ਜਿਹੜੀ ਉਹ ਇੱਕ ਵੱਖਰੀ ਦੁਨੀਆ ਦੇ ਵਿੱਚ ਰਹਿ ਰਹੀ ਆ ਜਿਹੜੀ ਕੀ ਰਿਐਲਿਟੀ ਨੂੰ ਮੰਨਣ ਦੇ ਲਈ ਇਸ ਟਾਈਮ ਪਿੱਛੇ ਜਿਹੜੀ ਆ ਉਹ ਹੋਈ ਪਈ ਆ ਤੇ ਆਉਣ ਵਾਲੇ ਸਮੇਂ ਦੇ ਲਈ ਕਾਫੀ ਜਿਹੜੀ ਆ ਇਹ ਮਾੜੀ ਗੱਲ ਆ ਬਹੁਤ ਸਾਰੇ ਅਜਿਹੇ ਇਸ ਦੇ ਵਿੱਚ ਗਰੁੱਪ ਨੇ ਜਿਹੜੇ ਵੈਸੇ ਹੀ ਐਂਟੀ ਗਵਰਨਮੈਂਟ ਜਿਹੜੇ ਉਹ ਹੁੰਦੇ ਨੇ ਤੇ ਕੁਸ਼ਿੰਨਾ ਵਿੱਚ ਟਰੰਪ ਹੋਣਾਂ ਦੇ ਜਿਹੜੇ ਸਪੋਰਟਰ ਕਟੜਾ ਉਹ ਵੀ ਇਸ ਦੇ ਵਿੱਚ ਜਿਹੜੇ ਉਹ ਹੈਗੇ ਨੇ ਸੋ ਅ ਅੱਜ ਹੀ ਜਿਹੜਾ ਆ ਉਹ ਡੀਸੀ ਦੇ ਜਿਹੜੇ ਨੈਸ਼ਨਲ ਗਾਰਡ ਦੇ ਕਮਾਂਡਿੰਗ ਜਨਰਲ ਸੀਗੇ ਉੰਨੇ ਨੇ ਕਿਹਾ ਵੀ ਪੈਂਟਾਗਨ ਨੇ ਜਲਦੀ ਜਿਹੜੇ ਨੈਸ਼ਨਲ ਗਾਰਡ ਆ ਉਥੇ ਆਉਣ ਨਹੀਂ ਸੀ ਜਿਹੜੇ ਉਹ ਦਿੱਤੇ ਕਈ ਘੰਟੇ ਦੀ ਜਿਹੜੀ ਉਹ ਦੇਰੀ ਹੋਈ ਸੀ ਜਦਕਿ ਕਹਿੰਦੇ ਵੀ ਜਦੋਂ ਜੂਨ ਦੇ ਵਿੱਚ ਬਲੈਕ ਲਾਈਵ ਮੈਟਰ ਵਾਲੀ ਜਿਹੜੇ ਪ੍ਰੋਟੈਸਟ ਹਿੰਸਕ ਹੋਏ ਸੀ ਉਦੋਂ ਤੁਰੰਤ ਪੈਂਟਾਗਨ ਨੇ ਜਿਹੜੀ ਆ ਉਹ ਨੈਸ਼ਨਲ ਗਾਰਡਸ ਨੂੰ ਡਿਪਲਾਈ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਸੀਗੀ ਸੋ ਹੁਣ ਤੁਸੀਂ ਦੇਖੋ ਵੀ ਇਹ ਜਿਹੜੇ ਹਾਲਾਤ ਆ ਕਿਸ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਹੈਗੇ ਆ ਤੇ ਕੱਲ ਨੂੰ ਹੋਪਫੁਲੀ ਕੁਛ ਵੀ ਜਿਹੜਾ ਅਣਸੁਖਾਵਾਂ ਜਿਹੜਾ ਆ ਉਹ ਨਾ ਹੀ ਜਿਹੜਾ ਉਹ ਵਾਪਰੇ ਤਾਂ ਜਿਹੜਾ ਉਹ ਬੈਟਰ ਆ ਆਦਰਵਾਇਸ ਸਥਿਤੀ ਜਿਹੜੀ ਮਾੜੀ ਆ ਇਹ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸਰ ਜੋਸ਼ ਸਿੰਘ ਜੀ 200 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਉਦੋਂ ਵੀ ਕੋਈ ਜਾਣੇ ਜਿਹੜੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਪੀਟਲ ਦੇ ਉੱਤੇ ਸੀਜ਼ ਕਰ ਲਈ ਹੋਵੇ ਤੇ ਇਹ ਵੀ ਆਈ ਥਿੰਕ ਕਾਫੀ ਚਿਰਾਂ ਬਾਅਦ ਹੀ ਇਦਾਂ ਦੀ ਕੋਈ ਗੱਲ ਹੋਈ ਹੋਣੀ ਹੈ ਵੀ ਕੈਪੀਟਲ ਦੇ ਵਿੱਚ ਸਾਰੇ ਲਾਅ ਮੇਕਰਸ ਨੂੰ ਇੱਕ ਸਾਹ ਦੇ ਨਾਲ ਛੁੱਟੀ ਦੇ ਉੱਤੇ ਇਸ ਲਈ ਕੱਲਿਆ ਗਿਆ ਜਾਂ ਇਸ ਲਈ ਬੰਦ ਕਰਨਾ ਪਿਆ ਵੀ ਉੱਥੇ ਹਿੰਸਾ ਹੋਣ ਦਾ ਜਿਹੜਾ ਖਤਰਾ ਆ ਉਹ ਬਣਿਆ ਹੋਇਆ ਸੀ ਅਗਲੀ ਖਬਰ ਜਿਹੜੀ ਸਟਿਮਲਸ ਪੈਕੇਜ ਨੂੰ ਲੈ ਕੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜੀ ਐਲੀਜੀਬਿਲਟੀ ਆ ਸਟਿਮਲਸ ਪੇਮੈਂਟ ਨੂੰ ਤੁਹਾਡੀ ਕਿੰਨੀ ਇਨਕਮ ਆ ਉਹ ਹੁਣ ਫਿਕਸ ਕਰ ਦਿੱਤੀ ਆ ਪਹਿਲਾਂ ਇਹ 75000 ਪਰ ਪਰਸਨ ਤੇ 150000 ਹਸਬੰਦ ਵਾਈਫ ਜੇ ਦੋ ਜਣੇ ਸੀ ਤੇ ਅਪ ਟੂ 100 ਤੇ 200000 ਤੱਕ ਸੀਗੀ ਜਿੱਦਾਂ 75000 ਤਾਈ ਫੁੱਲ 1400 ਮਿਲਣੇ ਸੀ ਲੱਖ ਤਾਈ ਫਿਰ ਥੋੜੇ ਥੋੜੇ ਘਟਦੇ ਜਾਂਦੇ ਆ ਪਰ ਉਹ ਤੋਂ ਬਾਅਦ ਫਿਰ 80000 ਡਾਲਰ ਦਾ ਜਿਹੜਾ ਆ ਉਹ ਲਿਮਿਟ ਕਰ ਦਿੱਤਾ ਉਹ ਪਰ ਪਰਸਨ ਤੇ ਕਪਲ ਦੀ ਜਿਹੜੀ ਆ 160000 ਜਿਹੜੀ ਆ ਉਹ ਰੱਖੀ ਗਈ ਹੈ ਬਿਲਕੁਲ ਸੋ ਬੇਸਿਕਲੀ ਜਿਹੜੇ ਵੀ 80000 ਆ ਰਿਹਾ ਉਹ ਜਿੰਨਾ ਦੀ ਉਸ ਤੋਂ ਵੱਧ ਹੋਊਗੀ ਉਹਨਾਂ ਨੂੰ ਜਿਹੜਾ 1400 ਡਾਲਰ ਦਾ ਜਿਹੜਾ ਸਟਿਮਲਸ ਪੈਕੇਜ ਆ ਉਹਦੇ ਵਿੱਚੋਂ 1400 ਡਾਲਰ ਵਾਲੇ ਜਿਹੜੇ ਚੈੱਕ ਉਹ ਨਹੀਂ ਮਿਲਣਗੇ ਤੇ ਜਿਹੜੇ ਵਿਆਹੇਵਾਰੇ ਆ ਜੋਇੰਟ ਭਰਦੇ ਆ ਉਹ ਉਹ ਉਹਨਾਂ ਦੀ 1,60,000 ਕੱਟਆਫ ਜਿਹੜੀ ਕਰ ਦਿੱਤੀ ਆ ਸੋ ਇਹਦੇ ਕਰਕੇ ਅੱਜ ਜਿਹੜੀ ਹਰਜੋਤ ਸਿੰਘ ਜੀ ਆਲਰੇਡੀ ਰਿਪੋਰਟ ਆ ਰਹੀ ਆ ਕਹਿੰਦੇ ਵੀ 2.5 ਮਿਲੀਅਨ ਤਕਰੀਬਨ ਕੱਲੇ ਕੈਲੀਫੋਰਨੀਆ ਦੇ ਵਿੱਚ ਹੀ ਲੋਕ ਅਜਿਹੇ ਨੇ ਜਿਹੜੇ ਹੁਣ ਇਸ ਲਿਮਿਟ ਦੇ ਕਰਕੇ ਐਲੀਜੀਬਲ ਜਿਹੜੇ ਆ ਉਹ ਨਹੀਂ ਹੋਣਗੇ ਸੋ ਜੇ ਕੈਲੀਫੋਰਨੀਆ ਦੇ ਵਿੱਚ ਇਦਾਂ ਆ ਤੇ ਹੋਰ ਵੀ ਜਿੱਦਾਂ ਕਹਿ ਲਓ ਵੀ ਜਿਨ੍ਹਾਂ ਵਿੱਚ ਮਹਿੰਗੇ ਸ਼ਹਿਰੀਆਂ ਮਹਿੰਗੀ ਕਾਉਂਟੀਆਂ ਜਿੱਦਾਂ ਕਹਿ ਲਓ ਵੀ ਜਿੱਥੇ ਜਿਆਦੀਆਂ ਤਨਖਾਹਾਂ ਵਾਲੇ ਜਿਹੜੀਆਂ ਜੌਬਸ ਹੈਗੀਆਂ ਉਹਨਾਂ ਦੇ ਉੱਤੇ ਡੈਫੀਨਿਟਲੀ ਅਸਰ ਪਊਗਾ ਹੁਣ ਤੁਸੀਂ ਦੇਖੋ ਵੀ ਬੇਅਰੀਆ ਦੇ ਵਿੱਚ ਜਿੱਥੇ ਇੱਕ ਜਾਨੇ ਦੀ ਹਾਂ ਹੀ ਜਿਹੜੀ ਇਨਕਮ ਆ 1.5 ਤੋਂ 2 ਲੱਖ ਹੁੰਦੀ ਆ ਜਾਂ ਲੱਖ ਲੱਖ ਦੋਨਾਂ ਜੀਆਂ ਦੀ ਜਿਹੜੀ ਹੁੰਦੀ ਆ ਜਾਂ 70-80 ਹਜ਼ਾਰ ਹੋਵੇ ਉਹ ਸਾਰੇ ਜਾਨੇ ਇਸ ਚੀਜ਼ ਦੇ ਕਰਕੇ ਜਿਹੜੇ ਆ ਉਹ ਆਟੋਮੈਟਿਕਲੀ ਇੱਕ ਹਿਸਾਬ ਦੇ ਨਾਲ ਬਾਹਰ ਜਿਹੜੇ ਆ ਉਹ ਹੋ ਜਾਣਗੇ ਜੀ ਅਗਲੀ ਖ਼ਬਰ ਵੱਲ ਚਲੀਏ ਜਿਹੜੀ ਆਪਾਂ ਦੋ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ ਵੀ ਬਹੁਤ ਹੀ ਮਾੜੀ ਜਿਹੜੀ ਘਟਨਾ ਆ ਉਹ ਮੈਕਸੀਕੋ ਵਾਲੇ ਬਾਰਡਰ ਤੇ ਯੂਐਸਏ ਸਾਈਡ ਦੇ ਵਿੱਚ ਜਿਹੜੀ ਵਾਪਰੀ ਸੀ ਆ ਇੱਕ ਐਸਯੂਈ ਦੇ ਵਿੱਚ 27 ਜਾਣੇ ਦੇ ਕਰੀਬ ਜਿਹੜੇ ਲੋਕ ਜਾ ਰਹੇ ਸੀ ਜਦੋਂ 13 ਜਾਣਿਆਂ ਦੀ ਮੌਤ ਹੋ ਗਈ ਟਰੱਕ ਨਾਲ ਐਕਸੀਡੈਂਟ ਹੋਇਆ ਸੋ ਵਾਲ ਸਟ੍ਰੀਟ ਜਨਰਲ ਨੇ ਕੁਝ ਮਿੰਟ ਪਹਿਲਾਂ ਜਿਹੜੀ ਆ ਇਹ ਹੁਣ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀ ਉਹਨਾਂ ਨੇ ਦੱਸਿਆ ਵੀ ਸਾਰੇ ਬਹੁਤ ਮੈਜੋਰਟੀ ਦੇ ਵਿੱਚ ਇਹ ਲੋਕ ਜਿਹੜੇ ਆ ਅਨਡਾਕੂਮੈਂਟਿਡ ਸਿਗੇ ਕੋਸ਼ ਸਮਾਂ ਪਹਿਲਾਂ ਜਿਹੜੀ ਬਾਰਡਰ ਤੋਂ ਉਹਨਾਂ ਨੂੰ 44 ਲੋਕਾਂ ਨੂੰ ਗਰੁੱਪ ਦੇ ਵਿੱਚ ਜਿਹੜਾ ਇਲੀਗਲੀ ਕ੍ਰਾਸ ਕਰਾਇਆ ਗਿਆ ਸੀ ਤੇ 44 ਜਾਣਿਆਂ ਨੂੰ ਵੱਖ-ਵੱਖ SUV ਦੇ ਵਿੱਚ ਜਿਹੜਾ ਆ ਓਹੋ ਭੇਜਿਆ ਜਾ ਰਿਹਾ ਸੀ ਯੂਐਸਏ ਦੇ ਵਿੱਚ ਜਿਹੜਾ ਆਲਰੇਡੀ ਐਂਟਰ ਤਾਂ ਹੋਏਗਾ ਸੀ ਸੋ ਉਹਨਾਂ ਨੇ ਹੋਰ ਕਿਸੇ ਸ਼ਹਿਰ ਨੂੰ ਜਾਣਾ ਸੀ ਸੋ 30 ਮੀਲ ਜਿਹੜਾ ਆ ਬਾਰਡਰ ਤੋਂ ਜਿਹੜੀ ਜਿਹੜੀ ਫੈਂਸ ਹੈਗੀ ਆ ਉਹ ਤੋਂ ਅੱਗੇ ਜਾ ਕੇ ਇਹ ਕਰੈਸ਼ ਹੋਇਆ ਹੈਗਾ ਕੈਲੀਫੋਰਨੀਆ ਦੀ ਇੰਪੀਰੀਅਰ ਵੈਲੀ ਜਿਹੜੀ ਈਸਟ ਆਫ ਸੈਂਡiego ਆ ਸੋ ਤੜਕੇ ਜਿਹੜਾ ਸਵੇਰੇ 6:15 ਮਿੰਟ ਦੇ ਉੱਤੇ ਕਰੈਸ਼ ਹੋਇਆ ਫੋਰਡ ਐਕਸਪੀਡੀਸ਼ਨ ਜਿਹਦੇ ਵਿੱਚ 25 ਦੇ ਕਰੀਬ ਜਿਹੜੇ ਆ ਲੋਕ ਜਾ ਰਹੇ ਸੀ ਸੈਮੀ ਟਰੱਕ ਦੇ ਨਾਲ ਜਦੋਂ ਐਕਸੀਡੈਂਟ ਹੋਇਆ ਹੈਗਾ ਆ ਸੋ ਕਹਿੰਦੇ ਵੀ ਇਸ ਸਾਈਡ ਦੇ ਉੱਤੇ ਇਲੀਗਲ ਕ੍ਰੋਸਿੰਗ ਕਾਫੀ ਜਿਹੜੀ ਹੁੰਦੀ ਹੈਗੀ ਆ ਤੇ ਪਰ ਬਹੁਤ ਜਿਹੜੀ ਮਾੜੀ ਘਟਨਾ ਵਾਪਰੀ ਆ ਹੂੰ ਜੀ ਬਿਲਕੁਲ ਆ ਤੇ ਅਗਲੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਯੂਕੇ ਤੋਂ ਜਿਹੜੀ ਉਹ ਆ ਰਹੀ ਆ ਉਥੋਂ ਦੇ ਬਜਟ ਦੇ ਤਹਿਤ ਕਹਿੰਦੇ ਮਿਲੀਅਨਸ ਆਫ ਜਿਹੜੇ ਲੋਕ ਨੇ ਉਹਨਾਂ ਨੂੰ ਹੁਣ 2026 ਤਾਈਂ ਜਿਹੜੇ ਆ ਜਿਆਦਾ ਇਨਕਮ ਟੈਕਸ ਜਿਹੜਾ ਉਹ ਪੇ ਕਰਨਾ ਪਊਗਾ ਜਿਹੜੇ ਚਾਂਸਲਰ ਰਿਸ਼ੀ ਸੁਨਾਕ ਹੈਗੇ ਆ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦੱਸਿਆ ਆ ਆਲਰੇਡੀ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਇਸ ਬੰਦੇ ਨੂੰ ਲੈ ਕੇ ਕਈ ਤਰੀਕੇ ਦੀਆਂ ਆ ਇਸ ਟਾਈਮ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਕਈ ਵਿਵਾਦਾਂ ਦੇ ਵਿੱਚ ਇਹ ਬੰਦਾ ਜਿਹੜਾ ਉਹ ਕਿਰਿਆ ਰਹਿੰਦਾ ਆ ਪਰ ਉੱਥੇ ਵੀ ਹੁਣ ਲੋਕਾਂ ਦੇ ਉੱਤੇ ਓਵਰਆਲ ਜਿਹੜਾ ਟੈਕਸ ਆ ਉਹ ਵਧਣ ਜਾ ਰਿਹਾ ਹੈਗਾ ਆ ਜਦੋਂ ਤੋਂ ਉੱਥੇ ਬ੍ਰੈਕਸਿਟ ਹੋਇਆ ਆ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਕਾਰੋਬਾਰ ਬਾਰਡਰ ਦੇ ਜਿਹੜੇ ਆਉਣ ਜਾਣ ਦੇ ਉੱਤੇ ਐਕਸਪੋਰਟ ਇੰਪੋਰਟ ਦਾ ਜਿਹੜਾ ਸੀਗਾ ਉਸ ਤੇ ਉੱਤੇ ਬਹੁਤ ਵੱਡਾ ਤੇ ਭੈੜਾ ਅਸਰ ਜਿਹੜਾ ਆ ਉਹ ਪਿਆ ਆ ਫਿਸ਼ ਇੰਡਸਟਰੀ ਦੇ ਉੱਤੇ ਜਿਹੜੀ ਆ ਉਹ ਉੱਥੇ ਬਹੁਤ ਭੈੜੀ ਜਿਹੜੀ ਉਹ ਮਾਰ ਪਈ ਆ ਹੁਣ ਜਿਹੜੇ ਉਥੋਂ ਦੇ ਫਿਸ਼ਰ ਨੇ ਉਹ ਪਛਤਾਉਂਦੇ ਨੇ ਵੀ ਅਹੀਂ ਬ੍ਰੈਕਸਿਟ ਦੇ ਲਈ ਜਿਹੜਾ ਆ ਕਿਉਂ ਹਾਮੀ ਭਰ ਦਿੱਤੀ ਕਹਿੰਦੇ ਉਦੋਂ ਤਾਂ ਸਾਨੂੰ ਇਦਾਂ ਹੀ ਜਿਹੜਾ ਉਹ ਸ਼ੋਅ ਕੀਤਾ ਗਿਆ ਸੀ ਵੀ ਪਤਾ ਨਹੀਂ ਤੁਹਾਡੇ ਕਿੰਨੇ ਕ ਜਿਹੜੇ ਪਾਉਂਡ ਆ ਉਹ ਜਿਹੜੇ ਉਹ ਵੇਸਟ ਜਿਹੜੇ ਕਿਤੇ ਜਾ ਰਹੇ ਆ ਤੇ ਪਰ ਕਹਿੰਦੇ ਵੀ ਹੁਣ ਪਤਾ ਲੱਗ ਰਿਹਾ ਵੀ ਸਾਡੀ ਰੋਜੀ ਰੋਟੀ ਨੂੰ ਹੀ ਜਿਹੜੇ ਉਸਤੇ ਵਾਲੇ ਪਏ ਹੋਏ ਆ ਜੀ ਅਗਲੀ ਖਬਰ ਹੂਸਟਨ ਟੈਕਸਸ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਜਿਹੜੇ ਡਾਕਟਰ ਆ ਉਸਨੇ ਕਿਹਾ ਵੀ ਜਿਹੜਾ ਹੂਸਟਨ ਦੇ ਸੌਰੀ ਟੈਕਸਸ ਦੇ ਗਵਰਨਰ ਗ੍ਰੈਗ ਐਬਰਟ ਹੈਗੇ ਆ ਉਹਨਾਂ ਦਾ ਜਿਹੜਾ ਡਿਸੀਜਨ ਆ ਮਾਸਕ ਮੰਡੇਟ ਨੂੰ ਖਤਮ ਕਰਨ ਦਾ ਇਹਦੇ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਵਾਰੀ ਫੇਰ ਕੋਵਿਡ-19 ਦਾ ਜਿਹੜਾ ਸਰਜ ਆ ਉਹ ਆ ਸਕਦਾ ਟੈਕਸਸ ਦੇ ਵਿੱਚ ਵੀ ਉੱਥੇ ਕੋਰੋਨਾ ਵਾਇਰਸ ਫੇਰ ਵੱਧ ਸਕਦੀ ਆ ਕਹਿੰਦੇ ਈਵਨ ਦੋ ਜਿਹੜੇ ਨੰਬਰ ਕਾਫੀ ਹੁਣ ਘੱਟ ਰਹਿ ਗਏ ਆ 1000 ਦੇ ਕਰੀਬ ਕੇਸਸ ਪਰ ਡੇ ਕਰੋਨਾ ਵਾਇਰਸ ਪੋਜ਼ਿਟਿਵ ਜਿਹੜੇ ਆ ਹੂਸਟਨ ਚ ਆ ਰਹੇ ਆ 200 ਦੇ ਕਰੀਬ ਜਿਹੜੇ ਪੇਸ਼ੀਐਂਟ ਆ ਹਰ ਰੋਜ਼ ਹਸਪਤਾਲਾਂ ਚ ਜਿਹੜੇ ਆ ਜਮ੍ਹਾਂ ਹੋ ਰਹੇ ਹੈਗੇ ਆ ਤੇ ਹੂਸਟਨ ਮੈਥੋਡੀਸਟ ਪ੍ਰੈਜ਼ੀਡੈਂਟ ਜਿਹੜੇ ਸੀਈਓ ਹੈਗੇ ਆ ਡਾਕਟਰ ਮਾਰਕ ਬੂਮ ਉਹਨਾਂ ਨੇ ਇਹ ਕਿਹਾ ਹੈ ਵੀ 90 ਤੋਂ 120 ਦਿਨ ਲੱਗ ਸਕਦੇ ਆ ਜਿਹੜੀ ਸਿਚੁਏਸ਼ਨ ਗੁੱਡ ਹੋਣ ਨੂੰ ਜੇ ਜਿੱਦਾਂ ਪਹਿਲਾਂ ਚੱਲ ਰਿਹਾ ਸੀ ਜੇ ਉਸ ਤਰ੍ਹਾਂ ਚੱਲਦਾ ਹੋਵੇ ਸੋ ਦੋਸਤਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਮਿਸੀਸੀਪੀ ਤੇ ਟੈਕਸਸ ਦੋਨਾਂ ਨੇ ਜਿਹੜੀ ਆ ਕੋਈ ਕਿਸੇ ਤਰ੍ਹਾਂ ਦੀ ਹੁਣ ਰਿਕੁਆਇਰਮੈਂਟ ਨਹੀਂ ਉੱਥੇ ਮਾਸਕ ਪਾਉਣ ਦੀ ਬਿਜ਼ਨੈਸਸ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਚਾਹੀ ਜਿੰਨੇ ਮਰਜੀ ਅੰਦਰ ਹੋਣ ਬਾਹਰ ਹੋਣ ਕੋਈ ਇਦਾਂ ਦੀ ਜਿਹੜੀ ਰਿਕੁਆਇਰਮੈਂਟ ਸੀ ਉਹ ਸਾਰੀ ਖਤਮ ਕਰ ਦਿੱਤੀ ਜੀ ਜੀ ਪ੍ਰੈਜ਼ੀਡੈਂਟ ਬਾਈਡਨ ਦੇ ਸੈਕਰੀਟਰੀ ਆਫ ਐਗਰੀਕਲਚਰ ਦੇ ਨਾਮਿਨੇ ਟੌਮ ਵਿਲਸੈਕ ਉਹਨਾਂ ਨੂੰ ਵੀ ਹਰਜੋਤ ਸਿੰਘ ਜੀ ਕਨਫਰਮ ਉਹ ਬੀਤੇ ਦਿਨੀ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਸੋ ਐਗਰੀਕਲਚਰ ਯੂ ਐਸ ਡੀਏ ਨੂੰ ਜਿਹੜਾ ਇਹ ਹੁਣ ਹੈੱਡ ਜਿਹੜਾ ਉਹ ਕਰਨਗੇ ਸੋ ਇਹ ਉਮੀਦ ਹੈਗੀ ਆ ਵੀ ਆਪਾਂ ਦੇਖਿਆ ਵੀ ਪਿਛਲੇ ਜਿਹੜੇ 4 ਸਾਲਾਂ ਦੇ ਵਿੱਚ ਚਾਈਨਾ ਦੇ ਨਾਲ ਲੱਗੀ ਟ੍ਰੇਡ ਵਾਰ ਦੇ ਕਰਕੇ ਐਗਰੀਕਲਚਰ ਦੇ ਉੱਤੇ ਕਾਫੀ ਜਿਹੜਾ ਉਹ ਅਸਰ ਪਿਆ ਸੀ ਬਹੁਤ ਸਾਰੇ ਜਿਹੜੇ ਫਾਰਮਰਜ਼ ਆ ਉਹਨਾਂ ਨੂੰ ਉਸ ਦਾ ਸੇਕ ਲੱਗਾ ਸੀ ਜਿਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਸਬਸਿਡੀਆਂ ਜਿਹੜੀਆਂ ਆ ਇਹਨਾਂ ਦੇ ਵੱਲ ਨੂੰ ਜਿਹੜੀਆਂ ਕੀਤੀਆਂ ਦਿੱਤੀਆਂ ਗਈਆਂ ਸੀਗੀਆਂ ਜਿਸ ਦੇ ਕਰਕੇ ਵੀ ਉਹ ਉਹਨਾਂ ਦਾ ਬੈਲੈਂਸ ਜਿਹੜਾ ਆ ਉਹ ਹੋ ਸਕੇ ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਹੈ ਵਿਲਸਿਕ ਕਹਿੰਦੇ ਆ ਵੀ ਇਸ ਟਾਈਮ ਇੱਕ ਇਕਵਿਟੀ ਕਮਿਸ਼ਨ ਬਣਾਉਣ ਬਾਰੇ ਜਿਹੜੇ ਉਹ ਸੋਚ ਰਹੇ ਹੈਗੇ ਆ ਉਹ ਆਪਣੇ ਇਸ ਦੇ ਵਿੱਚ ਰੇਸ਼ੀਅਲ ਤੇ ਮਾਰਕੀਟ ਰਿਫਾਰਮਸ ਦੇ ਲਈ ਉਹਨਾਂ ਨੇ ਇਸ ਦੇ ਉੱਤੇ ਜਿਹੜੇ ਕੁਝ ਆਪਣੇ ਐਡਵਾਈਜ਼ਰਸ ਆ ਉਹਨਾਂ ਦਾ ਜਿਹੜਾ ਉਹ ਜ਼ਿਕਰ ਕੀਤਾ ਹੈਗਾ ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੀ ਬੰਦੇ ਆ ਡੁਵੇਨ ਗੋਲਡਮਨ ਜਿਹੜੇ ਆ ਕਹਿੰਦੇ ਵੀ ਉਹ ਉਹਨਾਂ ਨੇ ਇਹ ਆਪਣੇ ਐਡਵਾਈਜ਼ਰਸ ਦੇ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਰੱਖਿਆ ਹੈ ਇਹਨਾਂ ਦੇ ਕੋਲ ਐਗਰੋਨੋਮੀ ਆਇਓਵਾ ਸਟੇਟ ਯੂਨੀਵਰਸਿਟੀ ਤੋਂ ਜਿਹੜੀ ਉਸ ਦੀ ਡਾਕਟੋਰੇਟ ਜਿਹੜੀ ਉਹ ਹੈਗੀ ਆ ਉਹ ਮੋਂਸੈਂਟੋ ਦੇ ਨਾਲ 1995 ਤੋਂ ਜਿਹੜੇ ਉਹ ਕੰਮ ਵੀ ਜਿਹੜੇ ਉਹ ਕਰਦੇ ਆਏ ਹੈਗੇ ਆ ਆ ਬਾਇਰ ਜਿਹੜੇ ਕੈਮੀਕਲ ਕਈ ਪ੍ਰੋਡਕਟਸ ਤੇ ਹੋਰ ਕਈ ਐਗਰੀਕਲਚਰ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਬਣਾਉਂਦੇ ਆ ਉਸ ਤੇ ਨਾਲ ਵੀ ਇਹਨਾਂ ਨੇ ਕੰਮ ਕੀਤਾ ਹੈਗਾ ਸੋ ਲੈਟਸ ਸੀ ਐ ਐਗਰੀਕਲਚਰ ਨੂੰ ਕੇਸ ਪਾਸੇ ਵੱਲ ਨੂੰ ਜਿਹੜਾ ਆ ਉਹ ਲੈ ਕੇ ਜਾਂਦੇ ਨੇ ਸੋ ਬਹੁਤ ਸਾਰੇ ਕੈਲੀਫੋਰਨੀਆ ਦੇ ਹਿੱਸੇ ਐਗਰੀਕਲਚਰ ਦੇ ਉੱਤੇ ਜਿਹੜੇ ਆ ਉਹ ਡਾਇਰੈਕਟਲੀ ਡਿਪੈਂਡ ਹੈਗੇ ਆ ਇਥੋਂ ਹੀ ਬਹੁਤ ਕੁਝ ਪ੍ਰੋਡਿਊਸ ਤੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਉਗਾਈਆਂ ਜਾਂਦੀਆਂ ਨੇ ਸੋ ਇਹ ਦੇਖਣਾ ਹੋਊਗਾ ਵੀ ਅ ਇਨਰ ਦੀਆਂ ਪਾਲਿਸੀਜ਼ ਇੱਥੇ ਕਿਦਾਂ ਦਾ ਇਫੈਕਟ ਜਿਹੜੀਆਂ ਉਹ ਦਿਖਾਉਣਗੇ ਆ ਜੀ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਉਹਨਾਂ ਨੇ ਅੱਜ ਮਾਫੀ ਮੰਗੀ ਹੈਗੀ ਆ ਜਿਹੜੇ ਪਿਛਲੇ 3 ਦਿਨਾਂ ਦੇ ਵਿੱਚ ਬੀਬੀਆਂ ਵੱਲੋਂ ਜਿਹੜੇ ਉਹਨਾਂ ਦੇ ਉੱਤੇ ਅਲਿਗੇਸ਼ਨ ਲਾਏ ਗਏ ਸੀ ਪਰ ਉਹ ਕਹਿੰਦੇ ਆ ਕਿ ਮੈਂ ਇਹ ਜਿਹੜਾ ਆ ਕਿਸੇ ਨੂੰ ਵੀ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਇਨੋਪ੍ਰੋਪਰੀਏਟਲੀ ਜਿਹੜਾ ਟੱਚ ਨਹੀਂ ਕੀਤਾ ਹੈਗਾ ਮੈਂ ਲੋਕਾਂ ਨੂੰ ਮਿਲਦਾ ਹੀ ਇਸ ਤਰ੍ਹਾਂ ਹੈਗਾ ਆ ਕਹਿੰਦੇ ਵੀ ਮੇਰੀਆਂ ਬਹੁਤ ਤੁਸੀਂ ਹਜ਼ਾਰਾਂ ਹੀ ਪਿਕਚਰਾਂ ਦੇਖ ਸਕਦੇ ਆ ਤੇ ਪਰ ਮੈਂ ਜਿਹੜੀ ਆਪਣੀ ਪੋਜੀਸ਼ਨ ਤੋਂ ਕਿਸੇ ਤਰ੍ਹਾਂ ਦਾ ਅਸਤੀਫਾ ਨਹੀਂ ਦੇਵਾਂਗਾ ਕਹਿੰਦੇ ਵੀ ਮੈਂ ਨਿਊਯਾਰਕ ਸਟੇਟ ਦੇ ਲੋਕਾਂ ਦੇ ਲਈ ਕੰਮ ਕਰਦਾ ਹਾਂ ਤੇ ਉਹਨਾਂ ਨੇ ਮੈਨੂੰ ਜਿਹੜਾ ਇਲੈਕਟ ਕੀਤਾ ਹੈਗਾ ਤੇ ਨਿਊਯਾਰਕ ਸਟੇਟ ਦੇ ਲੋਕਾਂ ਨੂੰ ਹੀ ਮੈਂ ਜਿਹੜਾ ਸਰਵ ਕਰਨ ਜਾ ਰਿਹਾ ਹਾਂ ਪਰ ਉਹਨਾਂ ਦੇ ਅਗੇਂਸਟ ਜਿਹੜਾ ਹੁਣ ਪ੍ਰੈਸ਼ਰ ਕਾਫੀ ਵੱਧਦਾ ਜਾ ਰਿਹਾ ਹੈਗਾ ਵੀ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਇੱਕ ਇਨਵੈਸਟੀਗੇਸ਼ਨ ਵੀ ਆਲਰੇਡੀ ਜਿਹੜੇ ਉੱਥੇ ਦੇ اٹਾਰਨੀ ਜਨਰਲ ਲੇਟੀਸ਼ੀਆ ਜੇਮਸ ਆ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਜੋ ਸਿੰਘ ਜੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀ ਇਸ ਤੋਂ ਪਹਿਲਾਂ ਵੀ ਜਿਹੜੇ ਕੁਝ ਸੂਬੇ ਜਿਨ੍ਹਾਂ ਦੇ ਵਿੱਚ ਟੈਕਸਸ ਤੇ ਮਿਸਿਸਿਪੀ ਆ ਉਹਨਾਂ ਨੇ ਆਪਣੇ ਮਾਸਕ ਮੰਡੇਟਸ ਤੇ ਰੈਸਟ੍ਰਿਕਸ਼ਨਸ ਆ ਉਹ ਹਟਾ ਦਿੱਤੀਆਂ ਇਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਦੀ ਟਿੱਪਣੀ ਜਿਹੜੀ ਉਹ ਇਹ ਸੀਗੀ ਵੀ ਕਹਿ ਲੋ ਵੀ अर्ਲੀ ਮੈਨ ਵਾਂਗੂ ਉਹਨਾਂ ਦਾ ਜਿਹੜਾ ਡਿਸੀਜਨ ਆ ਉਹ ਨਹੀਂ ਲੈਣਾ ਚਾਹਉ ਦਾ ਡਾਕਟਰ ਫਾਉਚੀ ਜਿਹੜੇ ਆ ਉਹਨਾਂ ਨੇ ਵੀ ਇਸ ਨੂੰ ਇਲ ਐਡਵਾਈਸਡ ਜਿਹੜਾ ਆ ਉਹ ਆਖਿਆ ਆ ਵੀ ਇਸ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਨਹੀਂ ਸੀ ਜਿਹੜਾ ਉਹ ਕਰਨਾ ਚਾਹੀਦਾ ਸੋ ਆਲਰੇਡੀ ਆਪਾਂ ਆ ਦੇਖ ਰਹੇ ਆ ਵੀ ਫਲੋਰੀਡਾ ਦੇ ਵਿੱਚ ਵੀ ਤਕਰੀਬਨ ਕਾਫੀ ਕੁਛ ਪਹਿਲਾਂ ਤੋਂ ਹੀ ਜਿਹੜਾ ਉਹ ਖੁੱਲਾ ਹੈਗਾ ਆ ਹੁਣ ਆਲਰੇਡੀ ਤਿੰਨ ਤਰ੍ਹਾਂ ਦੀਆਂ ਵੈਕਸੀਨਜ਼ ਲੋਕਾਂ ਦੇ ਲੱਗ ਰਹੀਆਂ ਨੇ ਤੇ ਉਮੀਦ ਇਹੀ ਆ ਵੀ ਜਲਦੀ ਤੋਂ ਜਲਦੀ ਜਿਹੜੀਆਂ ਵੈਕਸੀਨਜ਼ ਆ ਇਹ ਲੱਗਣ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਮੋੜ ਦੁਬਾਰਾ ਜਲਦੀ ਜਿਹੜਾ ਉਹ ਆ ਖੋਲਿਆ ਜਾਊਗਾ ਉਧਰ ਅਰੀਜ਼ੋਨਾ ਦੇ ਗਵਰਨਰ ਡਗ ਡੂਸੀ ਜਿਹੜੇ ਆ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਇਸ਼ੂ ਕੀਤਾ ਆ ਜਿਸ ਦੇ ਵਿੱਚ ਜਿਹੜੇ ਉਹ ਸਕੂਲਸ ਨੂੰ ਹੁਣ ਰਿਕੁਆਇਰ ਕਰਦਾ ਆ ਵੀ ਤੁਹਾਨੂੰ ਕਰਨਾ ਹੀ ਪਊਗਾ ਵੀ ਇਨ ਪਰਸਨ ਲਰਨਿੰਗ 15 ਮਾਰਚ ਤੋਂ ਜਿਹੜੀ ਉਹ ਚਾਲੂ ਤੁਹਾਨੂੰ ਕਰਨੀ ਪੈਣੀ ਹੈਗੀ ਆ ਸੋ ਉਧਰ ਟੈਕਸੇਸ ਡਿਪਾਰਟਮੈਂਟ ਦੇ ਜਿਹੜਾ ਸਟੇਟ ਹੈਲਥ ਸਰਵਿਸਿਜ਼ ਦੇ ਕਮਿਸ਼ਨਰ ਆ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਟੀਚਰਸ ਆ ਸਕੂਲ ਸਟਾਫਰਸ ਆ ਜਿਹੜੇ ਵੀ ਲਾਇਸੈਂਸਡ ਚਾਈਲਡ ਕੇਅਰ ਪ੍ਰੋਵਾਈਡਰਸ ਆ ਅ ਜਿਹੜੇ ਸੈਂਟਰ ਬੇਸ ਜਾਂ ਫੈਮਿਲੀ ਕੇਅਰ ਪ੍ਰੋਵਾਈਡਰਜ਼ ਆ ਉਹ ਹੁਣ ਕੋਰੋਨਾ ਵਾਇਰਸ ਦੀ ਵੈਕਸੀਨ ਲਵਾਉਣ ਦੇ ਲਈ ਐਲੀਜੀਬਲ ਜਿਹੜੇ ਉਹ ਹੋ ਗਏ ਨੇ ਤਾਂ ਜੋ ਕੱਲ ਨੂੰ ਕੋਈ ਇਹ ਚੀਜ਼ ਜਿਹੜੀ ਉਹ ਨਾ ਖਵੇ ਵੀ ਸਾਡੇ ਵੈਕਸੀਨ ਨਹੀਂ ਆ ਤੇ ਅਸੀਂ ਕੰਮ ਦੇ ਉੱਤੇ ਜਿਹੜਾ ਉਹ ਨਹੀਂ ਆਉਣਾ ਚਾਹੁੰਦੇ ਸੋ ਵੈਕਸੀਨ ਲੱਗਣ ਦੇ ਨਾਲ ਐਟਲੀਸਟ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਉਹ ਸੁਰੱਖਿਅਤ ਉਹ ਰੱਖ ਸਕੋਗੇ ਅਗਲੀ ਖਬਰ ਵੱਲ ਚਲੀਏ ਅੱਜ ਯੂਐਸ ਜਿਹੜਾ ਹਾਊਸ ਆ ਉਹਦੇ ਵਿੱਚ ਜਾਰਜ ਫਲਾਈਟ ਤੇ ਜਿਹੜਾ ਨਾਮ ਦੇ ਅੰਡਰ ਇੱਕ ਬਿੱਲ ਆ ਜਿਹੜਾ ਉਸ ਨੂੰ ਪਾਸ ਕਰ ਦਿੱਤਾ ਗਿਆ ਜਿਹੜਾ ਕਿ ਪ੍ਰिवੈਂਟਿੰਗ ਪੁਲਿਸ ਮਿਸਕੰਡਕਟ ਇਹ ਇਸ ਵਨ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਵੀ ਜਾਰਜ ਫਲਾਈਡ ਦੇ ਨਾਲ ਕੀ ਹੋਇਆ ਸੀ ਸੋ ਜਿਹੜੇ ਡੈਮੋਕ੍ਰੇਟਸ ਹੁਣ ਜਿਹੜੇ ਸੈਨੇਟ ਦੇ ਵਿੱਚ 50-50 ਆ ਸੋ ਕਾਂਗਰਸ ਦੇ ਵਿੱਚ ਤਾਂ ਇਹ ਪਾਸ ਹੋ ਗਿਆ ਹੁਣ ਸੈਨੇਟਸ ਵਿੱਚ ਜਾ ਕੇ ਦੇਖਦੇ ਹਾਂ ਕਿ ਇਹ ਜਿਹੜਾ ਬਿੱਲਾ ਕਿਦਾਂ ਪਾਸ ਹੁੰਦਾ ਹੈਗਾ ਕਿਉਂਕਿ ਉੱਥੇ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਆ ਉਹ ਵੀ ਵੋਟ ਪਾ ਸਕਦੇ ਹੈਗੇ ਜੀ ਜੀ ਬਿਲਕੁਲ ਅਗਲੀ ਗੱਲ ਕਰਦੇ ਜਾਈਏ ਇਰਾਕ ਦੇ ਵਿੱਚ ਜਿੱਥੇ ਯੂਐਸ 에ਅਰ ਫੋਰਸਸ ਜਿਹੜੀਆਂ ਸੀਗੀਆਂ ਯੂਐਸ ਦੀਆਂ ਜਿਹੜੀਆਂ ਆਰਮਡ ਫੋਰਸਸ ਤੈਨਾਤ ਸੀਗੀਆਂ ਉੱਥੇ ਕਹਿੰਦੇ ਰਾਕਟਸ ਦੇ ਨਾਲ ਫੇਰ ਹਮਲਾ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ ਸੋ ਇਹ ਜਿਹੜੀ ਚੀਜ਼ ਆ ਇਸ ਟਾਈਮ ਦੇਖੀ ਜਾ ਰਹੀ ਹੈਗੀ ਆ ਸੋ ਇਹ ਜਿਹੜੀ ਆਪਾਂ ਨੂੰ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਵੀ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਰਾਕ ਇੱਕ ਹੋਰ ਥਾਂ ਦੇ ਉੱਤੇ ਜਿੱਥੇ ਯੂਐਸ ਲੈਡ ਕੋਲੀਸ਼ਨ ਫੋਰਸਿਸ ਸੀਗੀਆਂ ਉੱਥੇ ਹਮਲਾ ਹੋਇਆ ਸੀ ਬਾਅਦ ਦੇ ਵਿੱਚ ਅਮਰੀਕਾ ਦੇ ਦੁਆਰਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕੁਝ ਉਹਨਾਂ ਦੇ ਉੱਤੇ ਵਾਪਸ ਜਿਹੜੇ ਹਮਲੇ ਆ ਉਹ ਕੀਤੇ ਗਏ ਸੀ ਕਹਿੰਦੇ 10 ਦੇ ਤਕਰੀਬਨ ਰਾਕਟਸ ਇਸ ਬੇਸ ਦੇ ਉੱਤੇ ਜਿਹੜੇ ਆ ਉਹ ਆ ਕੇ ਵੱਜੇ ਆ ਇਹ ਵੈਸਟਰਨ ਇਰਾਕ ਦੇ ਵਿੱਚ ਜਿਹੜੇ ਇਹ ਅ ਦੱਸੇ ਜਾਂਦੇ ਆ ਵੀ ਉੱਥੇ ਹਮਲਾ ਹੋਇਆ ਸੀ ਯੂ ਐਸ ਡਿਪਾਰਟਮੈਂਟ ਆਫ ਡਿਫੈਂਸ ਨੇ ਇਹ ਦੱਸਿਆ ਵੀ ਇਸ ਹਮਲੇ ਦੇ ਵਿੱਚ ਇੱਕ ਯੂ ਐਸ ਸਿਵਿਲਿਅਨ ਕੰਟਰੈਕਟਰ ਆ ਉਸ ਦੀ ਜਿਹੜੀ ਉਹ ਮੌਤ ਹੋਈ ਆ ਕਹਿੰਦੇ ਵੀ ਇਹ ਮੌਤ ਸ਼ੈਲਟਰਿੰਗ ਕਰਨ ਦੇ ਦੌਰਾਨ ਜਦੋਂ ਆਪਣੇ ਆਪ ਨੂੰ ਬਚਾਰੇ ਸੀ ਉਸ ਦੌਰਾਨ ਇਸ ਨੂੰ ਜਿਹੜਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਆ ਅਗਲੀ ਖਬਰ ਵੱਲ ਚਲੀਏ ਜਿਹੜੀ ਓਕਲੈਂਡ ਦੇ ਵਿੱਚ ਕਹਿੰਦੇ ਪਈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵੈਕਸੀਨ ਲਾਏ ਗਏ ਸੀ ਤੇ ਜਦੋਂ ਵੈਕਸੀਨ ਲਾਏ ਗਏ ਤੇ ਉਹ ਪੂਰੀ ਜਿਹੜੀ ਦਵਾਈ ਆ ਉਹ ਨਹੀਂ ਲਾਈ ਵੀ ਕਿਉਂਕਿ ਉਹ ਜਿਹੜੇ ਵਾਇਲ ਸੀਗੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਸ਼ੀਸ਼ੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਸੋਲੂਸ਼ਨ ਪਾਇਆ ਗਿਆ ਹੈ ਆ ਵੈਕਸੀਨ ਦਾ ਉਹ ਸਮ ਹਾਓ ਕਹਿੰਦੇ ਜਦੋਂ ਕੱਢਦੇ ਸੀ ਤਾਂ ਪੂਰਾ ਨਹੀਂ ਨਿਕਲਿਆ ਤੇ ਉਹਨਾਂ ਨੂੰ ਕਾਫੀ ਦੇਰ ਬਾਅਦ ਜਿਹੜਾ ਪਤਾ ਚੱਲਿਆ ਸਵੇਰੇ 9 ਵਜੇ ਤੋਂ ਹੀ ਉਹ ਲਾਰੇ ਸੀ ਟੀਕੇ ਜਿਹੜੇ ਤੇ 2 ਵਜੇ ਜਾ ਕੇ ਜਿਹੜਾ ਸਟਾਫ ਵਾਲਿਆਂ ਨੂੰ ਪਤਾ ਚੱਲਿਆ ਵੀ ਪੂਰੀ ਦੀ ਪੂਰੀ ਦਵਾਈ ਜਿਹੜੀ ਆ ਉਹ ਨਹੀਂ ਲੱਗ ਰਹੀ 6000 ਲੋਕਾਂ ਨੂੰ ਟੀਕੇ ਲਾਣੇ ਸੀ ਸੋ 4300 ਲੋਕ ਜਿਨ੍ਹਾਂ ਨੇ ਇਹ ਟੀਕਾ ਲਵਾ ਲਿਆ ਸੋ ਉਹਨਾਂ ਨੂੰ ਜਿਹੜੀ ਆ ਦਵਾਈ ਪੂਰੀ ਨਹੀਂ ਮਿਲੀ ਹੈਗੀ ਸੋ ਹੁਣ ਇਹ ਨਹੀਂ ਪਤਾ ਵੀ ਉਹ ਉਹਨਾਂ ਨੂੰ ਦੁਬਾਰਾ ਕੀ ਲਵਾਣਾ ਪਊਗਾ ਕਿਉਂਕਿ ਕਹਿੰਦੇ ਵੀ ਜਿਹੜੀ ਸਰੇਂਜ ਦੇ ਵਿੱਚ 0.3 ਐਮਐਲ ਹੁੰਦੀ ਆ ਤੇ ਘੱਟ ਜਿਹੜੀ 0.1 ਐਮਐਲ ਤੱਕ ਹੀ ਜਿਹੜੀ ਲੱਗਦੀ ਰਹੀ ਹੂੰ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਸੈਨਟ ਫੋਰਨੂਲੇਸ਼ਨ ਕਮੇਟੀ ਆ ਉਹਨਾਂ ਨੇ ਰਾਸ਼ਟਰਪਤੀ ਬਾਈਡਨ ਦੀ ਨਾਮਿਨੀ ਜਿਹੜੇ ਸਟੇਟ ਡਿਪਾਰਟਮੈਂਟ ਦੇ ਨੰਬਰ 2 ਪੋਜੀਸ਼ਨ ਦੇ ਲਈ ਆ ਉਹਨਾਂ ਨੂੰ ਕਾਫੀ ਅੱਜ ਕੜੇ ਜਿਹੜੇ ਸਵਾਲ ਆ ਉਹ ਪੁੱਛੇ ਗਏ ਕਿਨੇ ਵੀ ਨਾਲ ਹੀ ਉਹਨਾਂ ਤੋਂ ਇਹ ਵੀ ਜਿਹੜੇ ਸਵਾਲ ਪੁੱਛੇ ਗਏ ਜਿਹੜੀ 2015 ਦੇ ਵਿੱਚ ਓਬਾਮਾ ਪ੍ਰਸ਼ਾਸਨ ਤੇ ਈਰਾਨ ਦੇ ਦਰਮਿਆਨ ਨਿਊਕਲੀਅਰ ਸਮਝੌਤਾ ਜਿਹੜਾ ਉਹ ਕਰਵਾਇਆ ਗਿਆ ਸੀਗਾ ਵੀ ਉਹਨਾਂ ਦਾ ਐਜ਼ ਅ ਚੀਫ ਨੇਗੋਸ਼ੀਏਟਰ ਜਿਹੜਾ ਉਹ ਕਿਦਾਂ ਦਾ ਜਿਹੜੀ ਆ ਭੂਮਿਕਾ ਉਹ ਰਹੀ ਆ ਇਹ ਨੋਮੀਨੀ ਹੈਗੇ ਨੇ ਵੈਂਡੀ ਸ਼ਰਮਨ ਇਹ ਡਿਪਟੀ ਸਕੱਰੇਟਰੀ ਆਫ ਸਟੇਟ ਦੇ ਨਾਮਿਨੀ ਇਹਨਾਂ ਨੂੰ ਰੱਖਿਆ ਗਿਆ ਹੈ ਕਹਿੰਦੇ ਵੀ ਇਹਨਾਂ ਦਾ ਵੀ ਕਨਫਰਮੇਸ਼ਨ ਪ੍ਰੋਸੈਸ ਕਾਫੀ ਡਿਫਿਕਲਟ ਜਿਹੜਾ ਉਹ ਲੱਗ ਰਿਹਾ ਹੈਗਾ ਸੈਨੇਟਰਸ ਬੇਸਿਕਲੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀਗੇ ਵੀ ਕੀ ਤੁਸੀਂ ਜਿਹੜੇ ਐਜ਼ ਏ ਪ੍ਰੌਕਸੀ ਦਾ ਕੰਮ ਤਾਂ ਨਹੀਂ ਕਰੋਗੇ ਵੀ ਈਰਾਨ ਦੇ ਨਾਲ ਜਿਹੜੀ ਡੀਲ ਉਸ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਸੁਰਜੀਤ ਜਿਹੜਾ ਉਹ ਕਰਨਾ ਚਾਹੁੰਦੇ ਹੋਵੋ ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਪਰ ਹਾਲ ਦੀ ਘੜੀ ਬਾਈਡਨ ਨੂੰ ਆਪਣੀ ਕੈਬਨਿਟ ਪੂਰੀ ਕਰਨ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੂੰ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਪਰ ਅਜੇ ਹਾਲ ਦੀ ਘੜੀ ਅੱਧਿਕ ਕੈਬਨਿਟ ਹੀ ਜਿਹੜੀ ਆ ਇਹਨਾਂ ਦੀ ਕਨਫਰਮ ਹੋ ਸਕੀ ਆ ਅਗਲੀ ਖਬਰ ਜਿਹੜੀ ਆ ਉਹ ਮਾਇਨਮਰ ਬਰਮਾ ਤੋਂ ਆ ਰਹੀ ਹੈ ਜਿੱਥੇ ਕਿ ਕਹਿੰਦੇ ਪਈ ਅੱਜ 38 ਲੋਕ ਪ੍ਰੋਟੈਸਟ ਜਿਹੜੇ ਪ੍ਰੋਟੈਸਟਰਸ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ ਬਹੁਤ ਹੀ ਜ਼ਿਆਦਾ ਡੈਡਲੀਸਟ ਦੇ ਸੀਗਾ ਉੱਥੇ ਦੇ ਪ੍ਰੋਟੈਸਟਾਂ ਦੇ ਵਿੱਚ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਮਿਲਟਰੀ ਨੇ ਉੱਥੇ ਜਿਹੜਾ ਟੇਕਓਵਰ ਕਰ ਲਿਆ 쿠ਪ ਕਰਕੇ ਤੇ ਲੋਕ ਜਿਹੜੇ ਆ ਹੁਣ ਪ੍ਰੋਟੈਸਟ ਕਰ ਰਹੇ ਆ ਵੀ ਜਿਹੜੀ ਉੱਥੇ ਦੀ ਲੀਡਰ ਆ ਉਸ ਨੂੰ ਜਿਹੜਾ ਜਲਦੀ ਤੋਂ ਜਲਦੀ ਛੱਡਿਆ ਜਾਵੇ ਕਿਉਂਕਿ ਉਦੇ ਤੇ ਵੀ ਜਿਹੜੇ ਚਾਰਜਸ ਲਾਏ ਗਏ ਆ ਸੋ ਯੂਨ ਨੇ ਵੀ ਅੱਜ ਕਿਹਾ ਹੈ ਵੀ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਮੀਡੀਏਟਲੀ ਜਿਹੜਾ ਆ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਆ ਵੀ ਪਤਾ ਨਹੀਂ ਇਹ ਫੌਜੀਆ ਨੇ ਹੋਰ ਜਿਹੜੇ ਕਿੰਨੇ ਕੁ ਲੋਕ ਮਾਰ ਦੇਣੇ ਹੈਗੇ ਜੀ ਜੀ ਤੇ ਹਰਜੋਤ ਸਿੰਘ ਜੀ ਸਮਾਪਤੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ ਤੇ ਹਾ ਸਮਾਪਤੀ ਤੋਂ ਪਹਿਲਾਂ ਜਾਂਦੇ ਜਾਂਦੇ ਤੁਹਾਨੂੰ ਦੱਸ ਦੇ ਜਾਈ ਬੀ ਡਾਉ ਜونز ਤੇ ਉਦਾਂ ਦੀ ਜਿਹੜੀ ਕੀ ਸਥਿਤੀ ਰਹੀ ਇੱਕ ਜਿਹੜੀ ਖਬਰ ਉਹ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਜਾਈਏ ਆਸਟ੍ਰੇਲੀਆ ਤੋਂ ਮਾੜੀ ਖਬਰ ਜਿਹੜੀ ਆ ਰਹੀ ਹੈ ਉੱਥੇ ਸਿੱਖਾਂ ਦੇ ਉੱਤੇ ਕੋਸ਼ ਜਿਹੜੇ ਭਾਰਤੀ ਜਿਹੜੇ ਕਹਿ ਲੋ ਵੀ ਏਜੰਟ ਕਹਿ ਲੋ ਉਹਨਾਂ ਨੂੰ ਜਾਂ ਟਾਊਟ ਕਹਿ ਲੋ ਜਾਂ ਉਹਨਾਂ ਦੇ ਜਿਹੜੇ ਬਾੜੇ ਜਿਹੜੇ ਫਾਰਮਰਜ਼ ਬੈਲਜ਼ ਦਾ ਜਿਹੜਾ ਵਿਰੋਧ ਕਰ ਰਿਹਾ ਉਹਨਾਂ ਦੇ ਖਿਲਾਫ ਜਿਹੜੇ ਬੋਲਣ ਵਾਲੇ ਉਹ ਇਸ ਚੀਜ਼ ਦੇ ਤਹਿਤ ਉਸ ਦੀ ਆੜ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਜਿਹੜੇ ਉਹ ਕਰ ਰਹੇ ਹੈਗੇ ਆ ਇੱਕ ਗੱਡੀ ਦੀ ਭੰਨ ਤੋੜ ਜਿਹੜੀ ਆ ਉਹਨਾਂ ਨੇ ਜਿਹੜੀ ਉਹ ਕੀਤੀ ਸੀ ਜਿਸ ਦੇ ਵਿੱਚ ਕਈ ਲੋਕਾਂ ਦੇ ਜਿਹੜੀਆਂ ਸੱਟਾਂ ਵੀ ਜਿਹੜੀਆਂ ਲੱਗੀਆਂ ਹੋਰ ਕਈ ਵੀਡੀਓਜ਼ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੋ ਆਸਟ੍ਰੇਲੀਆ ਦੇ ਵਿੱਚ ਇਦਾਂ ਦੀ ਸਥਿਤੀ ਜਿਹੜੀ ਉਹ ਬਣੀ ਪਈ ਆ ਨੋ ਡਾਊਟ ਉੱਥੇ ਸਟੂਡੈਂਟਸ ਦੇ ਤੌਰ ਦੇ ਉੱਤੇ ਬਹੁਤ ਸਾਰਾ ਜਿਹੜੇ ਭਾਰਤ ਦੇ ਵਿੱਚੋਂ ਲੋਕ ਗਏ ਆ ਜਿਨ੍ਹਾਂ ਦੇ ਵਿੱਚ ਸਿੱਖ ਵੀ ਆ ਹਿੰਦੂ ਵੀ ਆ ਮੁਸਲਮ ਵੀ ਆ ਹਰ ਤਰ੍ਹਾਂ ਦੇ ਜਿਹੜੇ ਲੋਕ ਗਏ ਆ ਹੁਣ ਕਿਉਂਕਿ ਚੌਂਚ ਪੇਰੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਫਾਰਮ ਬਿਲਜ਼ ਹੈਗੇ ਆ ਜਿੱਥੇ ਜਿੱਤੇ ਵੀ ਲੋਕ ਭਾਰਤ ਤੋਂ ਬਾਹਰ ਰਹਿ ਰਹੇ ਆ ਉਹਨਾਂ ਨੇ ਜਿਹੜੇ ਉਸਦੇ ਅਗੇਂਸਟ ਜਿਹੜੇ ਇੱਥੇ ਪ੍ਰਦਰਸ਼ਨ ਵੀ ਕੀਤੇ ਆਵਾਜ਼ ਵੀ ਜਿਹੜੀ ਉਠਾਈ ਆ ਉਸੇ ਦੇ ਚੱਲਦੇ ਆ ਹੁਣ ਦੇਖੋ ਉਹਨਾਂ ਨੂੰ ਉੱਥੇ ਹੇਟ ਦਾ ਸਾਹਮਣਾ ਕਰਨਾ ਪਿਆ ਆ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਕੁਝ ਜਿਹੜੇ ਲੋਕ ਨੇ ਇਦਾਂ ਦੇ ਬੇਵਕੂਫ ਲੋਕ ਨੇ ਉਹਨਾਂ ਨੇ ਕਿਹਾ ਵੀ ਅਸੀਂ ਗੁਰਦੁਆਰਿਆਂ ਦੇ ਬਾਹਰ ਜਾ ਕੇ ਜਿਹੜਾ ਉਹ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਹੁਣ ਤੁਸੀਂ ਦੇਖੋ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਤਾਨਾਸ਼ਾਹ ਜਿਹੜੇ ਇਹ ਬਿੱਲ ਆ ਉਹਨਾਂ ਦਾ ਵਿਰੋਧ ਜਿਹੜੇ ਸਾਰੇ ਪਾਸੇ ਹਰ ਧਰਮ ਦੇ ਲੋਕ ਕਰ ਰਹੇ ਆ ਤੇ ਇਹ ਦੇਖੋ ਜਾਣ ਬੋਝ ਕੇ ਇਹਨਾਂ ਦੇ ਖਿਲਾਫ ਸਿੱਖਾਂ ਦੇ ਪ੍ਰਤੀ ਜਿਹੜੀ ਹੇਟ ਆ ਉਹ ਨਫਰਤ ਆ ਉਹ ਚਲਕ ਚਲਕੇ ਪੈ ਰਹੀ ਆ ਵੀ ਅਖੇ ਜੀ ਅਖੇ ਜੀ ਅਸੀਂ ਗੁਰਦੁਆਰਿਆਂ ਦੇ ਬਾਹਰ ਜਾ ਕੇ ਕਰਨੇ ਆ ਹੁਣ ਤਕੈਤ ਤਾਂ ਹਿੰਦੂ ਆ ਹੋਰ ਕਿੰਨੇ ਜਿਹੜੇ ਆ ਮੈਜੋਰਟੀ ਦੇ ਵਿੱਚ ਤਾਂ ਉੱਥੇ ਦੇ ਫਾਰਬਰ ਹਿੰਦੂ ਆ ਕੀ ਹੁਣ ਮੰਦਰਾਂ ਦੇ ਬਾਹਰ ਜਾ ਕੇ ਇਹਨਾਂ ਨੇ ਪ੍ਰੋਟੈਸਟ ਕਰਨੇ ਆ ਕੀ ਉੱਥੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਖਿਲਾਫ ਜਿਹੜੀ ਇਹ ਹੇਟ ਫਲਾ ਰਹੇ ਆ ਕੁੱਟਮਾਰ ਜਿਹੜੀ ਉਹਨਾਂ ਦੀ ਕਰ ਰਹੇ ਆ ਤੇ ਜੇ ਅੱਗੋਂ ਕੇ ਕੋਈ ਸਿੰਘ ਪੈ ਗਿਆ ਅੱਗੋਂ ਕੇ ਇਹਨੇ ਦੋ ਚਾਰ ਚਪੇੜਾ ਮਾਰਤੀਆਂ ਚੰਡਦਾ ਫਿਰ ਕਹਿਣਾ ਜੀ ਦੇਖੋ ਜੀ ਸਿੱਖ ਕੁੱਟਦੇ ਆ ਫਿਰ ਇਦਾਂ ਜਿਹਾ ਬਣਾ ਕੇ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਜਿੰਨੇ ਵੀ ਸਿੱਖ ਹੈਗੇ ਆ ਇੰਡੀਆ ਤੋਂ ਬਾਹਰ ਵਸਦੇ ਜਿਹੜੇ ਸਪੋਰਟ ਕਰ ਰਹੇ ਆ ਵੀ ਇੱਕ ਤਰ੍ਹਾਂ ਨਾਲ ਮਿਲੀਟੈਂਟ ਆ ਇੰਡੀਆ ਦੇ ਉਲਟ ਹੈਗੇ ਇਹ ਦਿਨਾਂ ਦੇ ਵਿੱਚ ਇੱਕ ਬ੍ਰੈਮਟਨ ਚ ਵੀ ਪ੍ਰੋਟੈਸਟ ਕੱਢਿਆ ਸੀ ਪ੍ਰੋ ਇੰਡੀਆ ਦਾ ਸਿਰਫ 8-9 ਕਾਰਾਂ ਸੀ ਜਾਂ ਸਿਆਟਲ ਦੇ ਵਿੱਚ ਵੀ 2-3 ਕਾਰਾਂ ਸੀ ਬੇਅਰੀਆ ਚ ਵੀ ਤੁਸੀਂ ਦੇਖਿਆ ਵੀ ਬਹੁਤ ਵੱਡਾ ਜ਼ੋਰ ਲਾਇਆ ਗਿਆ ਸੀ ਸਿਰਫ 2 ਕਾਰਾਂ ਹੀ ਪ੍ਰੋਟੈਸਟ 'ਚ ਨਿਕਲੀਆਂ ਤੇ ਆਪਣੇ ਜਿਹੜੇ ਪੰਜਾਬੀ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਸੀ ਸੋ ਆਪਾਂ ਵੀ ਜਿੰਨੇ ਸਾਡੇ ਭੈਣ ਭਰਾ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕੋਈ ਹਿੰਦੂ ਸਿੱਖ ਦੀ ਲੜਾਈ ਨਹੀਂ ਹੈਗੀ ਉੱਥੇ ਦੀ ਗੌਰ ਸਰਕਾਰ ਨਾਲ ਲੜਾਈ ਆ ਸੋ ਇਦਾਂ ਦੀ ਕੋਈ ਵਾਇਲੈਂਸ ਵਗੈਰਾ ਨਹੀਂ ਕਰਨੀ ਚਾਹੀਦੀ ਜੇ ਕੋਈ ਕਰਦਾ ਵੀ ਆ ਉਹਨੂੰ ਪਿਆਰ ਨਾਲ ਸਮਝਾਓ ਕੈਨੇਡਾ ਦੇ ਸਿੱਖਾਂ ਨੇ ਦੇ ਕੇ ਆ ਵੀ ਆਓ ਤੁਸੀਂ ਜੇ ਗੁਰਦੁਆਰੇ ਦੇ ਬਾਹਰ ਪ੍ਰੋਟੈਸਟ ਕਰਨਾ ਹੈ ਕਰੋ ਅਸੀਂ ਤੁਹਾਨੂੰ ਲੰਗਰ ਵੀ ਛਕਾਵਾਂਗੇ ਤੇ ਸੋ ਇਹ ਬਿਲਕੁਲ ਧਿਆਨ ਰੱਖਣ ਵਾਲੀ ਗੱਲ ਆ ਇਦਾਂ ਦੀ ਕੋਈ ਗੱਲ ਵਾਇਲੈਂਸ ਵਾਲੀ ਨਹੀਂ ਕਰਨੀ ਚਾਹੀਦੀ ਇਹੋ ਚਾਹੁੰਦੇ ਆ ਵੀ ਤਾਂ ਕਿ ਸਿੱਖਾਂ ਨੂੰ ਪੂਰੀ ਦੁਨੀਆ 'ਚ ਜਿਹੜਾ ਬਦਨਾਮ ਕੀਤਾ ਜਾ ਸਕੇ 1984 ਤੋਂ ਬਾਅਦ ਸਾਰਿਆਂ ਨੂੰ ਪਤਾ ਵੀ ਇੰਨਾ ਜਿਆਦਾ ਬਦਨਾਮ ਜਿਹੜਾ ਹਿੰਦੁਸਤਾਨ ਦੀ ਜਿਹੜੀ ਬੂਚੜ ਸਰਕਾਰ ਆ ਉਹਨਾਂ ਨੇ ਸਿੱਖਾਂ ਨੂੰ ਕੀਤਾ ਸੀ ਵੀ ਇਹ ਸਾਰੇ ਟੈਰਰਿਸਟ ਹੈਗੇ ਆ ਸੋ ਸਿੱਖਾਂ ਨੇ ਬਾਹਰਲੇ ਮੁਲਕਾਂ 'ਚ ਜਾ ਕੇ ਆਪਣੀ ਜਿਹੜੀ ਆ ਇੱਜ਼ਤ ਬਹੁਤ ਬਣਵਾਈ ਹੈਗੀ ਆ ਹੁਣ ਸਾਰਾ ਹਰ ਮਲਕਾਂ ਨੂੰ ਪਤਾ ਆ ਕਿ ਸਿੱਖ ਵਧੀਆ ਕੌਮ ਆ ਈਵਨ ਮੈਂ ਤਾਂ ਹੱਸਦਾ ਹੁੰਨਾ ਕਈ ਵਾਰੀ ਰਾਜਗਨ ਵੀਰ ਸਿੰਘ ਜੀ ਜਿਹੜੇ ਆਪਣੇ ਨਵੇਂ ਬੰਦੇ ਵੀ ਆਂਦੇ ਆ ਉਹ ਕਹਿੰਦੇ ਬਾਰਡਰ ਕਰਾਸ ਕਰਕੇ ਕਿ ਸਾਨੂੰ ਜਿਹੜੇ ਹੋਮਲੈਂਡ ਸਕਿਉਰਿਟੀ ਵਾਲੇ ਉਹ ਚੰਗੀ ਤਰ੍ਹਾਂ ਵਰਤਾਅ ਕਰਦੇ ਆ ਤੇ ਇੱਕ ਦੋ ਵਾਰੀ ਤਾਂ ਕਹਿੰਦੇ ਅਸੀਂ ਪੁੱਛਿਆ ਵੀ ਇਹ ਕੀ ਕਾਰਨ ਹੈ ਉਹ ਕਹਿੰਦੇ ਵੀ ਸਾਨੂੰ ਪਤਾ ਤੁਸੀਂ ਮਿਹਨਤੀ ਬੰਦੇ ਆ ਤੁਸੀਂ ਕੰਮੇ ਕਰਨਾ ਇੱਥੇ ਜਾ ਕੇ ਤੁਸੀਂ ਕੋਈ ਸ਼ਰਾਰਤ ਨਹੀਂ ਕਰਨੀ ਸੋ ਇਹ 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 ਜਿਹੜੇ ਲੋਕ ਆਏ ਹੈਗੇ ਆ ਮਿਹਨਤ ਕਰ ਰਹੇ ਉਹਨਾਂ ਦੇ ਵੱਲ ਦੇਖ ਕੇ ਹੀ ਜਿਹੜਾ ਕੁਛ ਨੇ ਬਣਿਆ ਹੈਗਾ ਬਿਲਕੁਲ 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 ਦੇਖੋ ਵੀ ਇਹ ਇੱਜ਼ਤ ਬਣਾਉਣੀ ਤਾਂ ਬਹੁਤ ਜਿਹੜੀ ਸੌਖੀ ਆ ਡਾਉਣ ਨੂੰ ਜਿਹੜਾ ਉਹ ਸਮਾਂ ਲਾਉਂਦੇ ਆ ਪਰ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਵੀ ਬਹੁਤ ਸਾਰੇ ਲੋਕ ਇਹ ਸਿੱਖਾਂ ਨੂੰ ਐਂਟਰਟੇਨਮੈਂਟ ਦੇ ਲਈ ਤੇ ਉਹਨਾਂ ਨੇ ਵਰਤ ਲਿਆ ਹਰ ਇੱਕ ਚੀਜ਼ ਦੇ ਲਈ ਵਰਤਦੇ ਆ ਫਿਲਮਾਂ ਦੇ ਵਿੱਚ ਪੱਗਾ ਮੰਨ ਕੇ ਬੜੇ ਜਿਹੜੇ ਉਹ ਸਿਸਟਮ ਦੇ ਖਿਲਾਫ ਖੜ ਜਾਂਦੇ ਆ ਹੁਣ ਜਦੋਂ ਖੜੇ ਆ ਤੇ ਹੁਣ ਦੇਖੋ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅੱਤਵਾਦੀ ਤੇ ਹੋਰ ਦੇਸ਼த்ਰੋਹੀ ਤੇ ਉਹ ਸਾਰਾ ਕੁਝ ਜਿਹੜਾ ਉਹ ਠੱਪੇ ਜਿਹੜੇ ਉਹ ਲਾਏ ਜਾ ਰਿਹਾ ਤੇ ਬਾਹਰ ਤੱਕ ਤੁਸੀਂ ਦੇਖੋ ਵੀ ਇਹ ਹਾਲਾਤ ਜਿਹੜੇ ਬਣੇ ਪਏ ਆ ਵੀ ਇਹ ਇਹ ਇਦਾਂ ਦੀ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਬਣੀ ਪਈ ਆ ਕਮਲੇ ਹੋ ਗਏ ਨੇ ਲੋਕ ਪਾਗਲ ਹੋਏ ਪਏ ਨੇ ਉਹ ਲੋਕ ਪਤਾ ਨਹੀਂ ਇਹਨਾਂ ਨੂੰ ਕਦੋਂ ਜਿਹੜੀ ਆ ਉਹ ਅਕਲ ਆਉਣੀ ਹੈ ਪ੍ਰਮਾਤਮਾ ਸਮਾਤੀ ਬਖਸ਼ੇ ਸਾਰਿਆਂ ਨੂੰ ਵੀ ਇੱਕ ਕੀ ਕੁਝ ਜਿਹੜਾ ਉਹ ਕਰੀ ਜਾ ਰਹੇ ਆ ਇੱਕ ਬੰਦੇ ਦੇ ਹੰਕਾਰ ਦੇ ਤੁਸੀਂ ਦੇਖੋ ਵੀ ਕਿਦਾਂ ਲੋਕ ਨੇ ਇਹ ਚੀਜ਼ ਜਿਹੜੇ ਦੱਸਤੇ ਜਾਈਏ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਜਿਨ੍ਹਾਂ ਨੇ ਇਦਾਂ ਕੁੱਟਮਾਰ ਕੀਤੀ ਹੈ ਕਹਿੰਦੇ ਵੀ ਜਿਉ ਪਤਾ ਲੱਗਦਾ ਆ ਤੇ ਡਿਪੋਰਟ ਕਿਤੇ ਜਾ ਸਕਦੇ ਉਹ ਲੋਕ ਸੋ ਲੋਕਾਂ ਦੇ ਇਹ ਜਿਹੜੇ ਸੋ ਕਾਲਡ ਪੋਲਿਟਿਸ਼ੀਨਰ ਆ ਉਹਨਾਂ ਦੇ ਢੜਕਾਹੜ ਚ ਆ ਕੇ ਢੜਕਾਉਣ ਵਾਲੇ ਨੂੰ ਕਦੀ ਕੁਝ ਨਹੀਂ ਹੁੰਦਾ ਜਿਹੜਾ ਢੜਕਦਾ ਆ ਨੁਕਸਾਨ ਉਸੇ ਦਾ ਹੀ ਹੁੰਦਾ ਆ ਇਹ ਚੀਜ਼ ਜਿਹੜੀ ਜ਼ਰੂਰ ਨੇ ਦਿਮਾਗ ਦੇ ਵਿੱਚ ਜਿਹੜੀ ਉਹ ਸਾਰਿਆਂ ਨੂੰ ਰੱਖਣੀ ਚਾਹੀਦੀ ਹੈਗੀ ਆ ਜੀ ਤੇ ਸੋ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਸੀ ਇਕਨੋਮੀ ਦੀ ਗੱਲ ਕਰਦੇ ਜਾਈਏ ਜਿਹੜੇ ਛੋਟੇ ਬਿਜ਼ਨਸ ਆ ਉਹ ਤਾਂ ਬਹੁਤ ਮਰਦੇ ਜਾ ਰਹੇ ਆ ਅੱਜ ਡਿਜ਼ਨੀ ਜਿਹੜੀ ਵੱਡੀ ਕੰਪਨੀ ਆ ਉਹਨਾਂ ਨੇ ਵੀ ਅਨਾਉਂਸ ਕਰ ਦਿੱਤਾ ਉਹ 60 ਦੇ ਕਰੀਬ ਜਿਹੜੇ ਡਿਜ਼ਨੀ ਦੇ ਸਟੋਰਸ ਆ ਨਾਰਥ ਅਮਰੀਕਾ ਦੇ ਵਿੱਚ ਉਹ ਉਹਨਾਂ ਨੂੰ ਬੰਦ ਕਰਨ ਜਾ ਰਹੇ ਆ ਇਹ ਉਹਨਾਂ ਦੇ 20% ਦੇ ਕਰੀਬ ਜਿਹੜੀ ਬਣਦੀ ਹੈਗੀ ਆ ਉਹ ਕਹਿੰਦੇ ਵੀ ਹੁਣ ਸਾਰਾ ਕੁਝ ਲੋਕ ਆਨਲਾਈਨ ਹੀ ਮੰਗਦੇ ਆ ਸੋ ਵੈਬਸਾਈਟ ਦੇ ਉੱਤੇ ਤਾਂ ਫਿਰ ਉਹਨਾਂ ਨੂੰ ਕੋਈ ਆਫਿਸ ਚਾਹੀਦਾ ਨਾ ਫਿਰ ਵਕ ਵਕ ਸਟੋਰ ਨਹੀਂ ਚਾਹੀਦੇ ਸੋ ਇਸ ਕਰਕੇ ਹੁਣ ਤੁਸੀਂ ਦੇਖੋ ਜਿਹੜੇ ਸਟੋਰਾਂ 'ਚ ਜੌਬ ਕਰਦੇ ਸੀ ਉਹ ਉਹ ਲੋਕਾਂ ਦੀ ਜਿਹੜੀ ਜੌਬ ਆ ਉਹ ਚਲੇ ਜਾਣੀ ਹੈ ਜੀ ਨੇ ਬਿਲਕੁਲ ਤੇ ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਅੱਜ ਵੀ ਜਿਹੜਾ ਡਾਊਨਵਰਡ ਟ੍ਰੈਂਡ ਯਾਨੀ ਕਿ ਗਰਾਵਟ ਦਾ ਜਿਹੜਾ ਦੇਣਾ ਹੋ ਰਿਹਾ ਇਹ ਤਕਰੀਬਨ ਪੁਆਇੰਟ 4 4% ਜਿਹੜੀ ਗਰਾਵਟ ਹੋਈ ਹੈ 121 ਪੁਆਇੰਟਾਂ ਦੀ ਗਰਾਵਟ ਡਾਉਜੋਂਸ ਚ ਆਈ ਆ 31270 ਦੇ ਉੱਤੇ ক্লোਜ਼ ਹੋਇਆ ਨੈਸਟੈਕ ਤੇ ਵਿੱਚ 361.2.7% ਦੀ ਗਰਾਵਟ ਹੋਈ ਆ 12997 ਦੇ ਉੱਤੇ ਬੰਦ ਹੋਇਆ ਐਸ ਐਂਪੀ ਦੇ ਵਿੱਚ 51 ਪੁਆਇੰਟਾਂ ਦੀ ਗਰਾਵਟ ਹੋਈ ਆ 3800 ਤੇ 20 ਦੇ ਉੱਤੇ ਬੰਦ ਹੋਇਆ ਸੋਨੇ ਦੀ ਕੀਮਤ 1709 ਡਾਲਰ ਪ੍ਰਤੀ ਆਉਂਸ ਤੇ 10 ਇਅਰ ੀਲਡ 1.47% ਰਹੀ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 26 ਸੈਂਟ ਦੇ ਬਰਾਬਰ ਰਹੀ ਆ ਇੱਕ ਯੂ ਐਸ ਡਾਲਰ ਦੀ ਕੀਮਤ ਇੰਡੀਆ ਦੇ 72 ਰੁਪਏ 99 ਪੈਸੇ ਦੇ ਬਰਾਬਰ ਰਹੀ ਆ ਤੇ ਜੰਦ ਜਾਂਦੇ ਅਨਾਉਂਸਮੈਂਟ ਆਪਾਂ ਜਿਹੜੀ ਹੈ ਕਮਿਊਨਿਟੀ ਦੀ ਉਹ ਦੱਸਤੀ ਜਾਈਏ ਸੈਕਰਮੈਂਟੋ ਦੇ ਵਿੱਚ ਜਿਹੜਾ ਕਿਸਾਨ ਤੇ ਮਨੁੱਖੀ ਅਧਿਕਾਰ ਰੈਲੀ ਸਿਰਫ ਇਹਦੇ ਤੇ ਹੀ ਫੋਕਸ ਆ ਇਹ ਹੋ ਰਹੀ ਆ 6 ਮਾਰਚ ਨੂੰ ਰਿਵਰਸਿਟੀ ਹਾਈ ਸਕੂਲ ਬੈਸ ਸੈਕਰਮੈਂਟੋ ਤੋਂ ਚੱਲਣੀ ਆ 11:30 ਵਜੇ ਤੇ ਐਂਡ ਹੋਣਾ ਆ ਇਹ ਕਾਂਗਰਸਮੈਨ ਐਮੀ ਵੇਰਾ ਦੇ ਆਫਿਸ ਦੇ ਵਿੱਚ ਆਫਿਸ ਦੇ ਸਾਹਮਣੇ ਜਿਹੜੇ ਕਾਂਗਰਸਮੈਨ ਐਮੀ ਵੇਰਾ ਉਹਨਾਂ ਦਾ ਆਫਿਸ ਦਾ ਨੰਬਰ ਹੈਗਾ ਆਫਿਸ ਦਾ ਐਡਰੈਸ ਆ 8950 ਕੈਲ ਸੈਂਟਰੋ ਡਰਾਈਵ ਸੈਕਰਾਮੈਂਟੋ ਸੋ ਇਹ ਜਿਹੜੀ ਰੈਲੀ ਚੱਲਣੀ ਹਾਈ ਸਕੂਲ ਤੋਂ ਆ ਤੇ ਸਿਟੀ ਕੈਪੀਟਲ ਸਟੇਟ ਕੈਪੀਟਲ ਦੇ ਸਾਹਮਣੇ ਜਾਣੀ ਆ ਤੇ ਐਂਡ ਐਮੀਵੇਰਾ ਦਾ ਜਿਹੜਾ ਆਫਿਸ ਆ ਉੱਥੇ ਹੋਣੀ ਹੈਗੀ ਆ ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਜੇ ਉੱਥੇ ਜਾ ਸਕਦੇ ਜ਼ਰੂਰ ਹਾਜ਼ਰੀ ਭਰੋ ਇਹਦੇ ਵਿੱਚ ਜੀ ਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ ਮਿਲਦੇ ਆ ਅਗਲੀ ਵਾਰੋ ਤਕਲੀ ਮੇਰੇ ਰਾਜਕੰਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿਗੀ ਜਈ ਸਤ ਸ੍ਰੀ ਅਕਾਲ ਯੂਨੀਵਰਸ ਦੇ ਹਾਸੇ ਖੇlde ਰਹੋ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ ਯੂਐਸ